ਕਰਦਾ ਭੈਣਾ ਬੰਦ ਲਾਉਣ ਬਣਾਉਣਾ ਜੀ ਮੈਂ ਕਿਹਾ ਸੀ ਨਾ।
ਇੱਧਰ ਫੜਾ ਮੈਨੂੰ ਚੱਕ ਕੇ ਲਿਆ ਇੱਕ ਬਾਲੀ ਇੱਕ ਗਲਾਸ ਦੇ ਦਿਓ ਬਾਟੀਆਂ ਥੋੜੀਆਂ ਚਾਹੋਗੇ ਜਿਹੜਾ ਅੱਜ ਨਗਰ ਕੀਰਤਨ ਪਿੰਡ ਵਿੱਚ ਰਵਾਨਾ ਹੋਇਆ ਸੀ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਤ ਬਾਬਾ ਸੁੰਦਰ ਸਿੰਘ ਜੀ ਦੀ ਜਿਹੜੀ ਵਰਸੀ ਹੈਗੀ ਉਹਦੇ ਵਿੱਚ ਅੱਜ 28 ਤਰੀਕ ਨੂੰ ਨਗਰ ਕੀਰਤਨ, 29 ਅਤੇ 30 ਤਰੀਕ ਨੂੰ ਜਿਹੜੇ ਹੈਗੇ 2 ਦਿਨ ਦੇ ਦੀਵਾਨ ਹੈਗੇ ਦਿਨ ਦੇ, ਅਤੇ ਅੱਜ ਸੁਬਾਹ 9 ਵਜੇ ਨਗਰ ਕੀਰਤਨ ਨਹਿਰ ਵਾਲਾ ਗੁਰਦੁਆਰਾ ਤੋਂ ਰਵਾਨਗੀ ਪਾਈ। ਉੱਥੋਂ ਫਿਰ ਪਹਿਲਾ ਪੜਾ ਛੇਵੇਂ ਪਾਤਸ਼ਾਹ ਦੇ ਗੁਰਦੁਆਰੇ, ਦੂਸਰਾ ਪੜਾ ਜਿਹੜਾ ਸੀਗਾ ਢਾਬਸਰ ਗੁਰਦੁਆਰਾ ਸਾਹਿਬ, ਤੀਸਰਾ ਪੜਾ ਜਿਹੜਾ ਪਿੰਡ ਦੇ ਵਿਚਾਲੇ ਧਰਮਸ਼ਾਲਾ, ਉੱਥੇ ਜਿਹੜਾ ਹੁਣ ਲਾਸਟ ਪੜਾ ਹੈਗਾ ਇਹ ਗਰਾਊਂਡ ਦੇ ਵਿੱਚ ਜਿਹੜਾ ਹੈਗਾ ਇਹ ਲਾਸਟ ਪੜਾ ਹੈਗਾ। ਇਹਦੇ ਵਿੱਚ ਸੰਗਤ ਨੇ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਭੁਜੀਏ ਬਦਾਨੇ ਦਾ, ਅਤੇ ਰਾਹ ਦੇ ਵਿੱਚ ਵੀ ਜਿਹੜੇ ਪੜਾ ਆਉਂਦੇ ਆ ਉੱਥੇ ਜਗ੍ਹਾ ਜਗ੍ਹਾ 'ਤੇ ਲੰਗਰ ਦਾ ਪ੍ਰਬੰਧ ਹੁੰਦਾ ਗਾ, ਅਤੇ ਨਗਰ ਦਾ ਬਹੁਤ ਸਹਿਯੋਗ ਆ ਜੀ। ਗੱਲ ਕਰਾਂਗੇ ਆਪਾਂ ਚੌਥੇ ਪੜਾਅ ਦੀ, ਚੌਥੇ ਪੜਾਅ ਤੋਂ ਰਵਾਨਗੀ ਕਿੰਨੇ ਵਜੇ ਹੋ ਜਾਂਦੀ ਹੈ? ਚੌਥੇ ਪੜਾਅ ਤੋਂ ਲਗਭਗ 6 ਵਜੇ ਰਵਾਨਗੀ ਹੋ ਜਾਂਦੀ ਹੈ ਜੀ। 4 ਵਜੇ ਇੱਥੇ 4:15 ਨਗਰ ਕੀਰਤਨ ਪਹੁੰਚ ਜਾਂਦਾ, 2 ਘੰਟਿਆਂ ਦਾ ਜਿਹੜਾ ਟਾਈਮ ਆ ਉਹ ਚੌਥੇ ਪੜਾਅ ਦਾ ਹੁੰਦਾ ਗਾ, ਅਤੇ ਇਹਦੇ ਵਿੱਚ ਸੰਗਤ ਦਾ ਵੀ ਬਹੁਤ ਜ਼ਿਆਦਾ ਰਸ ਹੁੰਦਾ ਗਾ ਜੀ ਇਸ ਪੜਾਅ ਦੇ ਵਿੱਚ। ਅਮਨ ਜੀ ਇੱਕ ਗੱਲ ਹੋਰ ਵੱਡੀ ਦੇਖਣ ਮਿਲੀ ਆ ਕਿ ਪਿੰਡ ਟੱਲੇਵਾਲ ਦੀ ਇਹ 3 ਦਿਨਾਂ ਨੂੰ ਮੁੱਖ ਰੱਖਦੇ ਹੋਏ ਆ, ਪੂਰਾ ਪਿੰਡਾਂ ਦੀ ਪੂਰੀ ਸਫਾਈ ਕੀਤੀ ਜਾਂਦੀ ਹੈ? ਹਾਂਜੀ, ਜਿਹੜੇ ਇਹ ਪ੍ਰੋਗਰਾਮ ਆ ਜੀ ਵਰਸੀ ਜੋ ਹੁੰਦੀ ਹੈ ਜੀ ਸਾਰੇ ਨਗਰ ਦੇ ਵਿੱਚ, ਇਹਦਾ ਪੂਰਾ ਮਤਲਬ ਸਫਾਈ ਕੀਤੀ ਜਾਂਦੀ ਆ, ਝੰਡੀਆਂ ਵਗੈਰਾ ਲੜੀਆਂ ਵਗੈਰਾ ਸਜਾਈਆਂ ਜਾਂਦੀਆਂ ਨੇ। ਨਗਰ ਦਾ ਬਹੁਤ ਸਹਿਯੋਗ ਆ ਜੀ, ਕੋਈ ਵੀ ਜਿਹੜਾ ਮਤਲਬ ਜਾਂ ਕੋਈ ਕਾਰੀਗਰ ਲੱਗਿਆ ਹੋਇਆ ਜਾਂ ਕੋਈ ਜ਼ਿਮੀਂਦਾਰ ਨਾਲ ਦਾ ਖੇਤੀ ਦਾ ਕੰਮ ਆ, 3 ਦਿਨ ਇਹ ਸਾਰੇ ਕੰਮ ਬੰਦ ਹੁੰਦੇ ਆ। ਵੱਧ ਤੋਂ ਵੱਧ ਯੋਗਦਾਨ ਲੋਕ ਇਸ ਵਰਸੀ ਦੇ ਵਿੱਚ ਆਪਣਾ ਪਾਉਂਦੇ ਆ। ਬਹੁਤ ਜੁੜੀ ਹੋਈ ਹੈ ਜੀ, ਇਹਦੇ ਵਿੱਚ ਤੁਸੀਂ ਕੈਮਰਾ ਮਾਰ ਕੇ ਦੇਖ ਲਓ ਜੀ, ਬਹੁਤ ਜ਼ਿਆਦਾ 1.5 ਘੰਟਾ ਹੋ ਗਿਆ ਲੰਗਰ ਚੱਲਦੇ ਨੂੰ, ਹਜੇ ਤੱਕ ਵੀ ਬਰਤਨ ਨਹੀਂ ਮਿਲ ਰਿਹਾ, ਅਤੇ ਲੋਕਾਂ ਦੀ ਇੰਨੀ ਸ਼ਰਧਾ ਗੀ, ਅਤੇ ਇਕੱਠ ਬਹੁਤ ਜ਼ਿਆਦਾ ਹੁੰਦਾ ਜਾਂਦਾ ਜੀ। ਬਾਹਰਲੇ ਪਿੰਡਾਂ ਦਾ ਵੀ ਬਹੁਤ ਆ ਅਤੇ ਨਗਰ ਦਾ ਤਾਂ ਹੋਣਾ ਹੀ ਹੋਣਾ ਗਾ ਜੀ। ਲਾਸਟ ਵਿੱਚ ਸੁਨੇਹਾ ਇਹੀ ਦੇਣਾ ਚਾਹੁੰਦੇ ਹਾਂ ਜੀ, ਮਹਾਂਪੁਰਸ਼ਾਂ ਦੀ ਵਰਸੀ ਹੈਗੀ ਵੀ ਇਹ 3 ਦਿਨ ਨੌਜਵਾਨ ਪੱਗਾਂ ਬੰਨ੍ਹ ਕੇ ਰੱਖਣ, ਅਤੇ ਗੁਰੂ ਘਰ ਜਾ ਕੇ ਸੇਵਾ ਕਰਨ, ਅਤੇ ਕੀਰਤਨ ਕਥਾ ਸੁਣ ਕੇ ਲਾਹਾ ਪ੍ਰਾਪਤ ਕਰਨ।